ਕਿਉਂਕਿ ਇਹ ਸੰਕਟ ਜਿਹੜਾ ਹੈਗਾ ਇਹ ਬਹੁਤ ਗੰਭੀਰ ਸੰਕਟ ਹੈ। ਸਿੱਖ ਕੌਮ ਦੇ ਜਿੰਨੇ ਵੱਡੇ ਅਦਾਰੇ ਹੈਗੇ ਸਾਰੇ ਸੰਕਟ ਦੇ ਵਿੱਚ ਘੇਰੇ ਦੇ ਵਿੱਚ ਹੈਗੇ। ਇੱਕ ਤਾਂ ਮੈਂ ਉਹਦੇ ਬਾਰੇ ਆਪਣੀ ਰਾਏ ਦਿੱਤੀ ਹੈ, ਰਾਏ ਕੀ ਦਿੱਤੀ ਇਹਦੇ ਬਾਰੇ ਮੈਂ ਕੋਈ ਡਿਸਕਸ ਨਹੀਂ ਕਰਨਾ। ਦੂਸਰੀ ਗੱਲ ਮੈਂ ਇਹ ਕੀਤੀ ਹੈ ਕਿ ਜਿਹਨਾਂ ਜਿਹਨਾਂ ਬੰਦਿਆਂ ਨੇ ਸਿੱਖ ਕੌਮ ਨਾਲ ਧਰੋ ਕਮਾਇਆ ਹੈ ਉਹਨਾਂ ਸਾਰੇ ਬੰਦਿਆਂ ਨੂੰ ਛੱਡਣਾ ਚਾਹੀਦਾ। ਕਈ ਕੈਬਨਿਟ ਮਿਨਿਸਟਰ ਰਹੇ ਬਾਦਲ ਸਾਹਿਬ ਦੀ ਮਿਨਿਸਟਰੀ ਦੇ ਵਿੱਚ, ਉਹਨਾਂ ਨੂੰ ਹਾਲ ਤੱਕ ਚਿੱਠੀ ਨਹੀਂ ਗਈ। ਸਭ ਤੋਂ ਵੱਡੀ ਗੱਲ ਕਿ ਇਸੇ ਸਥਾਨ ਦੇ ਉੱਤੇ ਸਰਸਾ ਦਿੱਲੀ ਕਮੇਟੀ ਦੇ 5 ਮੈਂਬਰ ਲੈ ਕੇ ਆਇਆ ਸੀ ਅਤੇ ਉਸਨੇ ਉਸ ਵਕਤ ਦੇ ਜਥੇਦਾਰ ਸਾਹਿਬ ਨੂੰ ਕਿਹਾ ਸੀ ਵੀ ਤੁਹਾਡਾ ਇਤਿਹਾਸਕ ਫੈਸਲਾ ਹੈ, ਬੜਾ ਵਧੀਆ ਫੈਸਲਾ ਹੈ, ਇਹਦੇ ਨਾਲ ਅਕਾਲੀ ਦਲ ਦੇ 1 ਕਰੋੜ ਵੋਟ ਵੱਧ ਗਈ। ਦੂਸਰਾ ਮੈਂ ਇਹ ਕਿਹਾ ਕਿ ਜਿਨ੍ਹਾਂ ਨੇ ਗੁਰਦੁਆਰੇ ਦੀਆਂ ਸੇਵਾ ਕਰਦਿਆਂ ਹੋਇਆਂ ਗੁਰੂ ਦੇ ਜਿਤਨੇ ਵੀ ਸਕੂਲ ਸਨ, ਕਾਲਜ ਸਨ, ਪ੍ਰਬੰਧਕ ਵੀ ਸਨ, ਉਹਨਾਂ ਸਾਰਿਆਂ ਦੀ ਤਹਿਸ ਨਹਿਸ ਹੋ ਗਈ ਔਰ ਘਾਟੇ ਪਏ ਨੇ। ਉਹ ਸਾਰੇ ਘੋਟੇ ਜਿਹੜੇ ਹਨ ਉਹ ਉਹਨਾਂ ਪ੍ਰਬੰਧਕਾਂ ਤੋਂ ਵਸੂਲ ਕਰਨੇ ਚਾਹੀਦੇ ਨੇ ਸਿੱਖ ਕੌਮ ਨੂੰ। ਰਾਹੁਲ ਗਾਂਧੀ ਦਾ ਕੱਲ੍ਹ ਦਾ ਇੱਕ ਬਿਆਨ ਹੈ ਜਿਹਦੇ 'ਚ ਉਹਨੇ ਕਿਹਾ ਵੀ ਸਿੱਖਾਂ ਨੂੰ ਕੜੇ ਨਹੀਂ ਪਾਉਣ ਦਿੱਤੇ, ਪਗੜੀ ਨਹੀਂ ਬੰਨਣ ਦਿੱਤੀ। ਇਹ ਬਿਆਨ ਕੋਈ ਗਲਤ ਬਿਆਨ ਨਹੀਂ ਹੈ। ਗੱਲ ਹੈਗੀ ਕਿ ਮੈਂ ਆਪਣਾ ਫਰਜ਼ ਸਮਝਿਆ ਕਿ ਸਿੰਘ ਸਾਹਿਬ ਨਾਲ ਇਸ ਮੌਕੇ ਦੇ ਉੱਤੇ ਮੈਂ ਜ਼ਰੂਰ ਮਿਲਾਂ ਔਰ ਜਿਹੜੇ ਮੇਰੇ ਖਿਆਲਾਤ ਹੈਗੇ ਉਹ ਮੈਂ ਅੱਗੇ ਜ਼ਰੂਰ ਰੱਖਾਂ, ਕਿਉਂਕਿ ਇਹ ਸੰਕਟ ਜਿਹੜਾ ਹੈਗਾ ਇਹ ਬਹੁਤ ਗੰਭੀਰ ਸੰਕਟ ਹੈ। ਸਿੱਖ ਕੌਮ ਦੇ ਜਿੰਨੇ ਵੱਡੇ ਅਦਾਰੇ ਹੈਗੇ ਸਾਰੇ ਸੰਕਟ ਦੇ ਵਿੱਚ ਘੇਰੇ ਦੇ ਵਿੱਚ ਹੈਗੇ। ਇੱਕ ਤਾਂ ਮੈਂ ਉਹਦੇ ਬਾਰੇ ਆਪਣੀ ਰਾਏ ਦਿੱਤੀ ਹੈ, ਰਾਏ ਕੀ ਦਿੱਤੀ ਇਹਦੇ ਬਾਰੇ ਮੈਂ ਕੋਈ ਡਿਸਕਸ ਨਹੀਂ ਕਰਨਾ। ਦੂਸਰੀ ਗੱਲ ਮੈਂ ਇਹ ਕੀਤੀ ਹੈ ਕਿ ਜਿਨ੍ਹਾਂ ਜਿਹਨਾਂ ਬੰਦਿਆਂ ਨੇ ਸਿੱਖ ਕੌਮ ਨਾਲ ਧਰੋ ਕਮਾਇਆ ਉਹਨਾਂ ਸਾਰੇ ਬੰਦਿਆਂ ਨੂੰ ਛੱਡਣਾ ਚਾਹੀਦਾ। ਕਈ ਕੈਬਨਿਟ ਮਿਨਿਸਟਰ ਰਹੇ ਬਾਦਲ ਸਾਹਿਬ ਦੀ ਮਿਨਿਸਟਰੀ ਦੇ ਵਿੱਚ, ਉਹਨਾਂ ਨੂੰ ਹਾਲ ਤੱਕ ਚਿੱਠੀ ਨਹੀਂ ਗਈ। ਮੇਰੀ ਉਮਰ ਅੰਜਾ ਸਰਸੇ ਤੋਂ ਹੈ ਔਰ ਸਭ ਤੋਂ ਵੱਡੀ ਗੱਲ ਕਿ ਇਸੇ ਸਥਾਨ ਦੇ ਉੱਤੇ ਸਰਸਾ ਦਿੱਲੀ ਕਮੇਟੀ ਦੇ 5 ਮੈਂਬਰ ਲੈ ਕੇ ਆਇਆ ਸੀ ਅਤੇ ਉਸਨੇ ਉਸ ਵਕਤ ਦੇ ਜਥੇਦਾਰ ਸਾਹਿਬ ਨੂੰ ਕਿਹਾ ਸੀ ਵੀ ਤੁਹਾਡਾ ਇਤਿਹਾਸਕ ਫੈਸਲਾ ਹੈ, ਬੜਾ ਵਧੀਆ ਫੈਸਲਾ ਹੈ, ਇਹਦੇ ਨਾਲ ਅਕਾਲੀ ਦਲ ਦੇ 1 ਕਰੋੜ ਵੋਟ ਵੱਧ ਗਈ। ਉਹ ਇਹ ਜਿਹਾ ਫੈਸਲਾ ਸੀ ਵਧਣੇ ਕਿਸੇ 1 ਕਰੋੜ ਵੋਟ ਘੱਟ ਗਏ ਜਿਹਦੇ ਨਾਲ ਅਕਾਲੀ ਦਲ ਨੂੰ ਮਿਸ਼ਨ ਘੱਟ ਗਏ। ਦੂਸਰਾ ਮੈਂ ਇਹ ਕਿਹਾ ਕਿ ਜਿਨ੍ਹਾਂ ਨੇ ਗੁਰਦੁਆਰੇ ਦੀਆਂ ਸੇਵਾ ਕਰਦਿਆਂ ਹੋਇਆਂ ਗੁਰੂ ਦੇ ਜਿਤਨੇ ਵੀ ਸਕੂਲ ਸਨ, ਕਾਲਜ ਸਨ, ਪ੍ਰਬੰਧਕ ਵੀ ਸਨ, ਉਹਨਾਂ ਸਾਰਿਆਂ ਦੀ ਤਹਿਸ ਨਹਿਸ ਹੋ ਗਈ ਔਰ ਘਾਟੇ ਪਏ ਨੇ। ਉਹ ਸਾਰੇ ਘੋਟੇ ਜਿਹੜੇ ਹਨ ਉਹ ਉਹਨਾਂ ਪ੍ਰਬੰਧਕਾਂ ਤੋਂ ਵਸੂਲ ਕਰਨੇ ਚਾਹੀਦੇ ਨੇ ਸਿੱਖ ਕੌਮ ਨੂੰ।
ਅਕਾਲ ਤਖਤ ਉਸ ਵਕਤ ਇਸ ਐਲਾਨ ਕਰੇ ਜਿਨ੍ਹਾਂ ਪ੍ਰਬੰਧਕਾਂ ਦੇ ਅਧੀਨ ਚੱਲ ਰਹੇ ਗੁਰਦੁਆਰਿਆਂ ਦੇ ਵਿੱਚ ਨੁਕਸਾਨ ਹੋਏ, ਸਿੱਖੀ ਦਾ ਨਾਸ਼ ਹੋਇਆ ਹੈ। ਅੱਜ ਰਾਹੁਲ ਗਾਂਧੀ ਦਾ ਕੱਲ੍ਹ ਦਾ ਇੱਕ ਬਿਆਨ ਹੈ ਜਿਹਦੇ 'ਚ ਉਹਨੇ ਕਿਹਾ ਵੀ ਸਿੱਖਾਂ ਨੂੰ ਕੜੇ ਨਹੀਂ ਪਾਉਣ ਦਿੱਤੇ, ਪਗੜੀ ਨਹੀਂ ਬੰਨਣ ਦਿੱਤੀ। ਇਹ ਬਿਆਨ ਕੋਈ ਗਲਤ ਬਿਆਨ ਨਹੀਂ ਹੈ। ਉਸਨੇ ਕਈ ਅਖਬਾਰਾਂ 'ਚ ਪੜ੍ਹਿਆ ਸਿੱਖ ਬੱਚਿਆਂ ਦੇ ਕੜੇ ਉਤਾਰਤੇ, ਰੁਮਾਲੇ ਬੰਨੇ ਉਤਾਰਤੇ, ਬਈ ਤੁਸੀਂ ਤਾਂ ਬਗੈਰ ਜਾਓ। ਅਤੇ ਦਿੱਲੀ ਕਮੇਟੀ ਨੇ ਉਹਨਾਂ ਦਾ ਕੁਝ ਵੀ ਨਹੀਂ ਕੀਤਾ। ਇਹਨਾਂ ਦੇ ਉੱਤੇ ਵੀ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ। ਦੂਸਰਾ, ਜਿਹੜੇ ਮਿਨਿਸਟਰ ਤਾਂ ਨਹੀਂ ਸਨ ਪਰ ਅਕਾਲੀ ਦਲ ਦੇ ਕਾਰਕੁਨ ਸਨ, ਉਹਨਾਂ ਨੇ ਆਪਣੀ ਰਾਏ ਉਸ ਵਕਤ ਕਿਉਂ ਨਹੀਂ ਦਿੱਤੀ? ਔਰ ਸਭ ਤੋਂ ਵੱਧ ਦੋਸ਼ੀ ਉਹ ਹੈਗੇ ਜਿਨ੍ਹਾਂ ਨੇ ਆਪਣੀਆਂ ਜਿੱਤਾਂ ਦੀ ਖਾਤਰ ਉਹਨਾਂ ਦੇ ਤਲਵੇ ਚਿੱਟੇ ਰਾਮ ਰੀ ਮਾਰਿਆ ਦੇ। ਸੋ ਉਹਨਾਂ ਸਾਰਿਆਂ ਨੂੰ ਇੱਕੋ ਵਾਰ ਬੁਲਾ ਕੇ ਇੱਕੋ ਜਿਹੀ ਸਜ਼ਾ ਦੇ ਕੇ ਕੰਮ ਹੋਣਾ ਚਾਹੀਦਾ। ਮੈਂ ਤਾਂ ਇਤਨੀ ਗੱਲ ਕੀਤੀ ਹੈ। ਕੋਰ ਕਮੇਟੀਆਂ ਦੇ ਵਿੱਚ ਵੀ ਬੜੀ ਬੜੀ ਮਾਮਲੇ ਵਿਚਾਰੇ ਜਾਂਦੇ ਰਹੇ ਨੇ ਕਿ ਕੋਰ ਕਮੇਟੀ ਦੇ ਜਿਹੜੇ ਮੈਂਬਰ ਐਸੇ ਸਲਾਹਾਂ ਦੇ ਵਿੱਚ ਸ਼ਾਮਿਲ ਸਨ, ਉਹਨਾਂ ਨੂੰ ਸੱਦਣਾ ਚਾਹੀਦਾ? ਇੱਕ ਮੇਰੀ ਗੱਲ ਸੁਣੋ, ਮੈਂ ਉਸ ਅਕਾਲ ਪੁਰਖ ਦਾ ਧੰਨਵਾਦੀ ਹਾਂ, ਅਕਾਲ ਪੁਰਖ ਦਾ ਧੰਨਵਾਦੀ ਹਾਂ। ਜਿਵੇਂ ਉਹਨਾਂ ਨੇ ਕਿਹਾ ਨਾ ਰਤਨਾਮੇ 'ਚ, ਪਰ ਨਾਰੀ ਕੀ ਸੇਜ ਭੂਲ ਸੁਪਨੇ ਵੀ ਨਾ ਲਿਓ। ਮੇਰੇ ਵੱਲੋਂ ਜਿੰਨੀਆਂ ਮਰਜ਼ੀ ਕਮੇਟੀਆਂ ਬਣਾ ਲਓ, ਮੈਂ ਬਿਲਕੁਲ ਪਾਕ ਸਾਫ਼ ਹਾਂ, ਮੈਨੂੰ ਕੋਈ ਡਰ ਨਹੀਂ। ਬੁਲਾਓ ਸਾਰੇ। ਸਰਨਾ ਸਾਹਿਬ, ਇਸ ਸਾਰੇ ਮਾਮਲੇ ਦਾ ਅਖੀਰ ਹੱਲ ਤਾਂ ਕੋਈ ਨਿਕਲਣਾ ਚਾਹੀਦਾ? ਹੱਲ ਤਾਂ ਦੇਖੋ ਜੀ, ਅੱਜ ਹੱਲ ਕੱਢਣ ਦਾ ਜਿਹੜੀ ਹੈਗੀ ਉਹ ਆ ਗਈ ਅਕਾਲ ਤਖ਼ਤ ਸਾਹਿਬ ਦੇ ਉੱਤੇ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਉੱਪਰ। ਔਰ ਸਾਨੂੰ ਉਮੀਦ ਹੈ ਕਿ ਗੁਰੂ ਰਹਿਮਤ ਕਰੇਗਾ, ਫੈਸਲਾ ਐਸਾ ਹੋਏਗਾ ਜਿਹੜੇ ਕਿ ਸਮੁੱਚੇ ਸਿੱਖ ਨੂੰ ਪ੍ਰਵਾਨਗੀ ਦੇਣ। ਗੱਲ ਜਿਹੜੀ ਹੈਗੀ ਆ, ਗੱਲ ਇਹ ਨਹੀਂ ਹੈ ਕਿ ਸੁਖਬੀਰ ਨੂੰ ਸਜ਼ਾ ਦੇਣੀ, ਗੱਲ ਅਕਾਲੀ ਦਲ ਨੂੰ ਬਚਾਉਣ ਦੀ ਆ ਇਸ ਟਾਈਮ ਦੇ ਉੱਤੇ। ਅਕਾਲੀ ਦਲ ਨੂੰ ਬਚਾਉਣ ਦੇ ਲਈ ਤਾਂ ਲੱਗਦਾ ਕਿ ਸਿੱਖ ਸਾਹਿਬ ਜਿਹੜੇ, ਦੇਖੋ ਇੱਕ ਗੱਲ ਸੁਣੋ, ਇਹ ਇੱਕ ਸਿੱਕੇ ਦੇ ਦੋ ਪਹਿਲੂ ਨੇ, ਇੱਕ ਪਾਸੇ ਅਕਾਲੀ ਦਲ, ਇੱਕ ਪਾਸੇ ਸੁਖਬੀਰ ਸਿੰਘ ਬਾਦਲ। ਜੇ ਪ੍ਰਧਾਨ ਬਚੇਗਾ ਅਕਾਲੀ ਦਲ ਬਚੇਗਾ, ਜੇ ਪ੍ਰਧਾਨ ਨਹੀਂ ਬਚਦਾ ਤਾਂ ਅਕਾਲੀ ਦਲ ਕਿੱਥੋਂ ਬਚਣਾ ਹੈ? ਕਿਹੜਾ ਬੰਦਾ ਜਿਹਨੂੰ ਪ੍ਰਧਾਨ ਬਣਾਓਗੇ ਦੱਸੋ? ਢੀਂਡਸਾ ਬਣੇਗਾ? ਮੈਂ ਪਾਪਾ ਹੈਗਾ, ਮੈਂ ਨਹੀਂ ਬਣ ਸਕਦਾ। ਬਸ ਗੱਲ ਖਤਮ। ਮੈਨੂੰ ਗੁਰੂ ਮਹਾਰਾਜ ਨੇ ਜੱਟਾਂ ਦੇ ਘਰ ਪੈਦਾ ਨਹੀਂ ਕੀਤੇ, ਮੈਂ ਸਭ ਤੋਂ ਵਧੀਆ ਕੈਂਡੀਡੇਟ ਸੀ। ਉਹ ਦੇਖੋ ਗੱਲ ਸੁਣੋ, ਇੱਕ ਮਿੰਟ, ਤੁਸੀਂ ਕੋਈ ਸਿੰਘ ਸਭਾ ਲੈ ਲਓ, ਜਿੱਥੇ ਜਿੱਦੀ ਬਰਾਦਰੀ ਤਗੜੀ ਹੋਏਗੀ ਉਸੇ ਦਾ ਪ੍ਰਧਾਨ ਬਣੇਗਾ। ਇਸ ਵਾਸਤੇ ਜੋਗ੍ਰਾਫਿਕਲੀ ਮੈਂ ਨਹੀਂ ਵਾਰਾ ਖਾਂਦਾ। ਕਿਉਂ ਨਹੀਂ ਖਾਰਾ ਖਾਂਦਾ? ਮੈਂ ਦਿੱਲੀਆਂ 500 ਕਿਲੋਮੀਟਰ ਦੂਰ, ਮੈਂ ਕਿੱਥੇ ਰੋਜ਼ ਆਵਾਂਗਾ ਜਾਵਾਂਗਾ? ਲੋਕ ਪ੍ਰਧਾਨ ਬਣਨ ਵਾਸਤੇ ਲੋਕਾਂ ਦੇ ਪੰਥ ਦੀ ਜੋ ਮੇਰੇ ਸੇਵਾ ਲੱਗੇਗੀ ਉਹ ਕਰਾਂਗਾ, ਪਰ ਪ੍ਰਧਾਨਗੀ ਦਾ ਨਾ ਮੈਂ ਖੁਆਬ ਲਿਆ ਅਤੇ ਨਾ ਮੈਂ ਲਾਲਪੁਰਾ ਸਾਹਿਬ ਨੇ, ਦੇਖੋ ਐਡੇ ਵੱਡੇ ਸਿਆਣੇ ਬੰਦੇ ਨੇ ਬਜ਼ਰ ਗਲਤੀ ਕੀਤੀ ਹੈ, ਬਜ਼ਰ ਕਰੈਤ ਕੀਤੀ ਹੈ। ਮੇਰਾ ਉਹ ਬਹੁਤ ਮਿੱਤਰ ਰਿਹਾ, ਮੈਂ ਉਸਨੂੰ ਕਿਹਾ ਵੀ ਤੂੰ ਸਿੱਖ ਧਰਮ ਦੇ ਉੱਤੇ ਕਿਤਾਬਾਂ ਲਿਖੀਆਂ, ਪਰ ਉਹ ਕਹਿੰਦਾ ਵੀ ਪਤਾ ਨਹੀਂ ਕੀ ਹੋਇਆ ਮੇਰੇ ਮੂੰਹੋਂ ਗੱਲ ਨਿਕਲ ਗਈ ਹੈ, ਮੈਂ ਅੱਗੋਂ ਤੋਂ ਬੋਲਣਾ ਹੀ ਨਹੀਂ ਹੈ। ਹਾਂ, ਬਾਕੀ ਜੇ ਕਿਸੇ ਨੇ ਕਰਨਾ ਕਰੇ ਕਾਲ ਤਾਂ ਹੁਣ ਚਲੋ ਕੋਈ ਗੱਲ ਨਹੀਂ।
ਤੁਹਾਡੀ ਦਾਅਵੇਦਾਰੀ ਤਾਂ ਨਹੀਂ ਹੈ ਅਕਾਲੀ ਦਲ ਦਾ ਪ੍ਰਧਾਨ ਬਣਨ ਦੀ, ਹਾਂਜੀ, ਜੇ ਅਕਾਲੀ ਤਖਤ ਸਾਹਿਬ ਹੁਕਮ ਕਰ ਦਿੰਦੇ ਕਿ ਬਣੋ ਤੇ ਫਿਰ ਬਣੋਗੇ, ਸੰਭਾਲੋਗੇ ਸੇਵਾ, ਮੈਂ ਉਹਨਾਂ ਕੋਲ ਮਾਫੀ ਮੰਗ ਲਾਂਗਾ। ਦੋ ਗੱਲਾਂ ਕਰਕੇ, ਨਾ ਜੋਗ੍ਰਾਫਿਕਲੀ ਸਾਹਮਣੇ, ਨਾ ਉਹਦਾ ਨਾਂ ਕੀ ਹੈ, ਦਿੱਲੀ ਦਾ ਸ਼ਹਿਰੀ ਸੀ ਕੌਣ ਬਤੇ, ਮੈਂ ਪੂਰਾ ਟਾਈਮ ਪੂਰਾ ਜਿਹੜਾ ਹੈਗਾ ਧਿਆਨ ਨਹੀਂ ਦੇ ਸਕਾ ਤਾ। ਤੁਹਾਡੀ ਵੋਟ ਕਿਹਨੂੰ ਰਹੇਗੀ? ਮੈਂ ਹਮੇਸ਼ਾ